ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਸੰਤ ਰਾਮ ਉਦਾਸੀ ਜੀ ਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ, ਜਿਹਦਾ ਸਿਰਲੇਖ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਮ ਸੁਨੇਹਾ। ਵਤਨ ਦੇ ਆਸ਼ਕੋ ਤੇ ਯੋਧਿਓ ਜਾਂ ਬਾਜ ਸਰਦਾਰੋ, ਅਣਖਾਂ ਵਾਲਿਓ ਕੁਰਬਾਨੀਆਂ ਦੇ ਅਲੰਬਰਦਾਰੋ, ਮੈਂ ਲਾ ਕੇ ਫਰਜ਼ ਆਪਣੇ ਅੰਤ ਰੁਖਸਤ ਲੈਣ ਲੱਗਿਆ ਹਾਂ, ਤੇ ਰੁਖਸਤ ਲੈਣ ਤੋਂ ਪਹਿਲਾਂ ਸੁਣੋ ਕੁਝ ਕਹਿਣ ਲੱਗਿਆ ਹਾਂ। ਜਦੋਂ ਮਜ਼ਦੂਰ ਦੇ ਹੱਕਾਂ ਤੇ ਕੋਈ ਹੱਥ ਉੱਠਦਾ ਏ, ਜਦੋਂ ਵੀ ਕਾਂਗ ਚੜ੍ਹਦੀ ਏ ਮਾਸੂਮਾਂ ਦੀ ਕਿਆਮਤ ਦੀ, ਜਦੋਂ ਜ਼ੁਲਮਾਂ ਦੀ ਭੱਠੀ ਦੀ ਹੈ ਅਗਨੀ ਤੇਜ਼ ਹੋ ਜਾਂਦੀ, ਤਦੋਂ ਵਿਸ਼ਵਾਸ ਹੋ ਜਾਂਦਾ ਇਹ ਆਮਦ ਹੈ ਬਗਾਵਤ ਦੀ। ਜਦੋਂ ਹੈ ਦੌਰ ਚੱਲਦਾ ਦੇਣ ਤੇ ਫਿਰਕਾ ਪ੍ਰਸਤੀ ਦਾ, ਜਦੋਂ ਵੀ ਲੋਕ ਹਿੱਤ ਮਜ਼ਬਾਂ ਦੇ ਨਾਪੇ ਨਾਪਿਆ ਜਾਂਦਾ, ਜਦੋਂ ਮਜ਼ਦੂਰ ਦੇ ਮੁੜਕੇ ਦਾ ਕੋਈ ਮੁੱਲ ਨ ਤਾਰੇ, ਵਤਨ ਹੀ ਕੀਲਿਆ ਜਾਂਦਾ ਅਤੇ ਸਰਾਪਿਆ ਜਾਂਦਾ। ਮੈਂ ਜਨਤਾ ਦੇ ਸਮੁੰਦਰ ਵਿੱਚ ਆਪਾ ਖੋਲ ਦਿੱਤਾ, ਜ਼ੁਲਮ ਦੇ ਬਾਜ ਜਾਂ ਲੋਕਾਂ ਨੂੰ ਚਿੜੀਆਂ ਵਾਂਗ ਸੀ ਫੜਦੇ। ਬੜਾ ਪ੍ਰਸੰਨ ਹਾਂ ਮੈਂ ਦੇਖ ਕੇ ਸਾਵੇਂ ਨਜ਼ਾਰੇ ਨੂੰ, ਗਿੱਦੜ ਨੂੰ ਜਦ ਦੇਖਦਾ ਹਾਂ ਸ਼ੇਰ ਦੀ ਹਿੱਕਤ ਚੜ੍ਹਦੇ। ਮੈਂ ਇਸੇ ਲਈ ਹੀ ਆਪਣੇ ਆਪ ਨੂੰ ਮੰਨਿਆ ਹੈ ਗੁਰੂ ਚੇਲਾ, ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ। ਮੈਂ ਇਸੇ ਲਈ ਗੜੀ ਜਮਕੌਰ ਦੀ ਵਿੱਚ ਜੰਗ ਲੜਿਆ ਸੀ, ਕਿ ਕੱਚੇ ਕੋਠੜੇ ਮੋਹਰੇ ਮਹਿਲ ਮੀਨਾਰ ਝੁਕ ਜਾਵੇ। ਤੇ ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਸੀ, ਤਾਂ ਮੈਂ ਫਿਰ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ। ਮੈਂ ਦੇਵਾਂ ਲਈ ਉਦਾਹਰਣ ਜੱਗ ਤੇ ਕੌਮੀ ਨੇਤਾਵਾਂ ਨੂੰ, ਲੋਕਾਂ ਤੋਂ ਵਾਰ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ। ਮੇਰਾ ਮਕਸਦ ਤਾਂ ਸਖਸ਼ੀ ਪੂਜਾ ਦੇ ਉਲਟ ਲੜਨਾ ਸੀ, ਤੇ ਮਕਸਦ ਹੋਰ ਸੀ ਮੇਰਾ ਕਦੇ ਚੰਡੀ ਰਿਜਾਵਣ ਦਾ। ਕਦੇ ਡਰ ਡਰ ਕੇ ਮਕਸਦ ਆਪਣਾ ਪਾਇਆ ਨਹੀਂ ਜਾਂਦਾ, ਤੇ ਮਕਸਦ ਹੋਰ ਹੀ ਸੀ ਪੀਰ ਤਾਂ ਉੱਚ ਦਾ ਕਹਾਵਣ ਦਾ। ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ, ਮਕਸਦ ਹੋਰ ਸੀ ਕਨਈਆ ਦੇ ਪਾਣੀ ਪਿਲਾਵਣ ਦਾ। ਲਹਿਜਾ ਹੋਰ ਹੁੰਦਾ ਏ ਨਿਰੇ ਮਿਸਰੀ ਦੇ ਪਾਣੀ ਵਿੱਚ, ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ। ਰੰਗਰੇਟੇ ਆਖ ਕੇ ਮੈਂ ਕਿਰਤੀ ਦਾ ਸਤਿਕਾਰ ਕਰਦਾ ਹਾਂ, ਇਹਨਾਂ ਨੇ ਦਰਸ਼ ਆਤਮ ਬਾਪ ਦਾ ਮੈਨੂੰ ਕਰਾਇਆ ਸੀ। ਮੈਂ ਨਾਈਆਂ ਚੇਬੀਆਂ ਝੋਰਾਂ ਤੋਂ ਜ਼ੁਲਮੀ ਛੱਟ ਲਾਉਣੀ ਸੀ, ਮੈਂ ਸਾਂਝਾ ਪੰਥ ਸਾਜਣ ਦਾ ਤਾਈਓ ਕੋਤਕ ਰਚਾਇਆ ਸੀ। ਜੇ ਮੈਨੂੰ ਪਿਆਰ ਕਰਨਾ ਹੈ ਮੇਰੇ ਲੋਕਾਂ ਦਾ ਦਿਲ ਫੋਲੋ, ਮੇਰੇ ਏਕੇ ਦਾ ਸੁਪਨਾ ਵੀ ਤਾਂ ਫਿਰ ਸਾਕਾਰ ਹੋ ਜਾਏ। ਮੈਂ ਜਿਸ ਦੇ ਨਾਲ ਲਿਖਿਆ ਏ ਖੂਨੀ ਇਤਿਹਾਸ ਦਾ ਵਰਕਾ, ਮੇਰੀ ਕਲਮ ਮੇਰੀ ਕਵਿਤਾ ਦਾ ਬੇੜਾ ਪਾਰ ਹੋ ਜਾਏ, ਮੇਰੀ ਕਲਮ ਮੇਰੀ ਕਵਿਤਾ ਦਾ ਬੇੜਾ ਪਾਰ ਹੋ ਜਾਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।